ਅਸਲਾਮ ਵਾਲੇਕੁਮ ਦੋਸਤੋ, ਕੀ ਹਾਲ ਚਾਲ ਹੈ ਜਨਾਬ? ਤੁਸੀਂ ਦੇਖਦੇ ਪਏ ਗੁਲਾਮ ਅਹਿਮਦ ਟੀਵੀ ਅਤੇ ਮੈਂ ਤੁਹਾਡਾ ਮੇਜ਼ਬਾਨ ਹਾਜੀ ਗੁਲਾਮ ਅਹਿਮਦ। ਦੋਸਤੋ, ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਅਤੇ ਨਾਲ ਜਨਾਬ ਲੱਗੇ ਬੈਲ ਆਈਕਾਨ ਨੂੰ ਕਰ ਲੈਣਾ ਕਲਿੱਕ, ਤਾਂ ਕਿ ਸਾਡੀ ਅੱਛੀ ਅਤੇ ਬਿਹਤਰੀਨ ਵੀਡੀਓ ਦਾ ਨੋਟੀਫਿਕੇਸ਼ਨ ਹਮੇਸ਼ਾ ਦੀ ਤਰ੍ਹਾਂ ਪਹੁੰਚੇ। ਸਭ ਤੋਂ ਪਹਿਲੇ ਅੱਜ ਜਨਾਬ ਮੇਰੇ ਖੱਬੀ ਸਾਈਡ 'ਤੇ ਅਸਲ ਨੀਲੀ ਦੀ ਮੱਝ ਆਈ ਹੈ, ਮਾਸ਼ਾਅੱਲਾ। ਲੈਣੇ ਦੇਣੇ ਮੁਕੱਦਰ ਨੇ, ਮਾਸ਼ਾਅੱਲਾ। ਮੱਝ ਦਾ ਕੱਦ ਚੰਗਾ, ਮਾਸ਼ਾਅੱਲਾ, ਅਤੇ ਲਾਮ ਮੇਰੇ ਵੀਰਾਂ ਦੇ ਸਾਹਮਣੇ ਮਾਸ਼ਾਅੱਲਾ ਪੂਰੀ ਜਨਾਬ ਸ਼ਾਹ ਔਰ ਡਾਲੇ ਜਿੱਡੀ ਹੈ, ਅਤੇ ਬਾਕੀ ਇਨਸ਼ਾਅੱਲਾ ਕੈਮਰੇ ਨਜ਼ਰ ਵਿੱਚ ਹੈ। ਇਹ ਕਤਰੀ ਕਤਰੀ ਸਿੰਗੀ, ਸਫੈਦ ਅੱਖ ਜਨਾਬ, ਥੋੜ੍ਹਾ ਜਿਹਾ ਮੱਥਾ ਸਫੈਦ, ਬਾਕੀ ਜਨਾਬ ਸ਼ਾਹ ਕਾਲੀ, ਮਾਸ਼ਾਅੱਲਾ। ਵੱਡੇ ਜੋੜਾਂ ਦੀ ਮੱਝ ਹੈ, ਮਾਸ਼ਾਅੱਲਾ। ਲੈਣੇ ਦੇਣੇ ਮੁਕੱਦਰ ਹੁੰਦੇ ਨੇ, ਸੌਦਾ ਨਾਲ ਨਸੀਬਾਂ ਦੇ। ਅਤੇ ਬਾਕੀ ਜਨਾਬ ਕੈਮਰੇ ਨਜ਼ਰ ਵਿੱਚ ਹੈ। ਨੀਲੀ ਦੇ ਜਾਨਵਰ ਹਮੇਸ਼ਾ ਸਫ਼ਰ ਕਰਕੇ ਗੁਲਾਮ ਅਹਿਮਦ ਚੈਨਲ 'ਤੇ ਪਾਏ ਜਾਂਦੇ ਨੇ। ਬਾਕੀ ਜਨਾਬ ਅੱਲਾਹ ਦੀ ਬਰਕਤ ਦੇ ਨਾਲ ਇਨਸ਼ਾਅੱਲਾ ਥੱਬੇ ਦਾ ਵਾਨਾ, ਮੁੱਠ ਮੁੱਠ ਦਾ ਥਣ, ਪੂਰਾ ਜਨਾਬ ਵਿਰਲਾਂ 'ਤੇ ਥਣ। ਇਹ ਕੱਢੀ ਜਨਾਬ, ਬਾਕੀ ਟਾਕਾਂ, ਪੁੱਠਾ, ਕੁੱਡਾ ਕੈਮਰੇ ਦੀ ਨਜ਼ਰ ਵਿੱਚ ਹੈ। ਅਤੇ ਬਿਲਕੁਲ ਬਰੀਕ ਹੈ, ਜਿਵੇਂ ਜਨਾਬ ਰੇਸ਼ਮ ਦਾ ਕੱਪੜਾ, ਅਬਰੀਕ ਜੀ ਪੂਛਲ ਹੈ, ਜਿਵੇਂ ਜਨਾਬ ਕਾਨਾ ਹੁੰਦਾ। ਬਾਕੀ ਜਨਾਬ ਮੁੱਠ ਮੁੱਠ ਦਾ ਥਣ, ਪੂਰਾ ਪਾਵਰਫੁੱਲ ਥਣ, ਕੈਮਰੇ ਦੀ ਨਜ਼ਰ ਵਿੱਚ ਹੈ। ਮੱਝ ਦਾ ਮਾਸ਼ਾਅੱਲਾ ਕੱਦ ਬੜਾ, ਮਾਸ਼ਾਅੱਲਾ, ਅੱਲਾਹ ਦੀ ਬਰਕਤ ਦੇ ਨਾਲ। ਅਤੇ ਬਾਕੀ ਇਨਸ਼ਾਅੱਲਾ ਮੇਰਾ ਕੈਮਰਾਮੈਨ ਤਸੱਲੀ ਕਰਵਾ ਰਿਹਾ, ਮੇਰੇ ਵੀਰਾਂ ਨੇ ਇਨਸ਼ਾਅੱਲਾ ਤਸੱਲੀ ਕਰ ਲੈਣੀ ਆਪਣੀ ਨਿਗਾਹਾਂ ਦੇ ਨਾਲ। ਬੜੀ ਖੂਬਸੂਰਤ ਹੈ, ਲਾਜਵਾਬ ਹੈ ਜਨਾਬ। ਕਤਰੀ ਕਤਰੀ ਸਿੰਗੀ, ਲੰਮੀ ਸੌਣ, ਬਿਲਕੁਲ ਜਨਾਬ ਜਿਵੇਂ ਛੋਟੀ ਜਿਹੀ ਵੱਕੀ ਹੈ, ਜਿਵੇਂ ਜਨਾਬ ਮੱਛ ਦੀ ਡੱਬੀ ਹੁੰਦੀ ਹੈ। ਬਾਕੀ ਜਨਾਬ ਕੈਮਰੇ ਨਜ਼ਰ ਵਿੱਚ ਸੋਹਣਾ ਵਾਨਾ, ਮਾਸ਼ਾਅੱਲਾ, ਸੋਹਣਾ ਥਣ ਲੱਗਿਆ, ਪੂਰਾ ਜਨਾਬ ਵਿਰਲਾਂ ਦੇ ਥਣ ਨੇ। ਇਹ ਟੁਰਦੀ ਫਿਰਦੀ ਵੀ ਕੈਮਰੇ ਦੀ ਨਜ਼ਰ ਵਿੱਚ ਹੈ, ਤਾਂ ਕਿ ਪੈਰ ਵਿੱਚ ਜਨਾਬ ਕੋਈ ਘਾਟਾ ਵਾਧਾ ਹੋਵੇ ਅਤੇ ਆਪਾਂ ਵੇਖ ਸਕੀਏ। ਸੋਹਣੀ ਟੋਰ, ਮਾਸ਼ਾਅੱਲਾ। ਬਾਕੀ ਜਨਾਬ ਸੌਦਾ ਨਾਲ ਨਸੀਬਾਂ ਦੇ। ਅਤੇ ਬਾਕੀ ਸਾਰੀਆਂ ਗੱਲਾਂ ਜਨਾਬ ਮਾਲਕ ਤੋਂ ਲੈ ਕੇ ਦੇਵਾਂਗੇ, ਜਨਾਬ ਕਿੰਨੇ ਦਿਨ ਹੋ ਗਏ ਨੇ ਸੂਈ ਨੂੰ, ਕੀ ਇਹਦਾ ਹਿਸਾਬ ਕਿਤਾਬ ਹੈ। ਬਾਕੀ ਜਨਾਬ ਮੇਰੇ ਕੈਮਰੇ ਨਜ਼ਰ ਹੈ, ਮਾਸ਼ਾਅੱਲਾ, ਕੈਮਰਾਮੈਨ ਸਾਹਿਬ ਖਾਇਆ ਜੇ, ਬਿਲਕੁਲ ਜਨਾਬ ਕੁਹਾੜਾ ਅੱਡੀ ਇਹਨੂੰ ਕਹਿੰਦੇ ਨੇ ਜਨਾਬ। ਬਾਕੀ ਟਾਕਾਂ, ਪੁੱਠਾ, ਖੁੱਡਾ ਕੈਮਰੇ ਨਜ਼ਰ ਹੈ, ਬਿਲਕੁਲ ਬਰੀਕ ਹੈ, ਜਿਵੇਂ ਜਨਾਬ ਰੇਸ਼ਮ ਦਾ ਕੱਪੜਾ, ਚਾਰੇ ਪੈਰ ਇੱਕੋ ਜਿਹੇ, ਮਾਸ਼ਾਅੱਲਾ, ਜਿਵੇਂ ਜਨਾਬ ਪਿਆਲੀਆਂ ਹੁੰਦੀਆਂ ਨੇ। ਬਾਕੀ ਕੁੰਨੀ ਕੌੜੀ ਤੋਂ ਸਾਫ਼ ਹੈ। ਬਾਕੀ ਕੱਦ ਮਾਸ਼ਾਅੱਲਾ ਚੰਗਾ, ਲਾਮ ਚੰਗੀ ਹੈ, ਥੱਬੇ ਦਾ ਵਾਨਾ, ਮਾਸ਼ਾਅੱਲਾ, ਸੋਹਣਾ ਥਣ, ਮੁੱਠ ਮੁੱਠ ਦਾ ਪਾਵਰਫੁੱਲ ਥਣ ਹੈ। ਭਾਜੀ ਇੱਧਰ ਆਓ, ਲਾਲਾ ਜੀ ਇੱਧਰ ਆਓ, ਖੜੀ ਜਾ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ ਭਾਜੀ। ਮੱਝ ਆਪਾਂ ਵਿਖਾ ਦਿੱਤੀ ਤੁਹਾਡੀ, ਹਾਂਜੀ। ਤੇ ਮੱਝ ਕਿੰਨਵਾਂ ਵਾਰਾਂ ਸੂਈ ਹੈ? ਦੂਸਰੇ ਵਾਰੇ। ਇਹ ਦੂਜਣ ਹੈ, ਠੀਕ ਹੈ। ਤੇ ਕਿੰਨੇ ਕੁ ਦਿਨ ਹੋ ਗਏ ਨੇ ਸੂਈ ਨੂੰ? ਅੱਜ ਦੂਸਰਾ ਦਿਨ ਹੈ। ਅੱਜ ਦੂਸਰਾ ਦਿਨ ਹੈ, ਹਾਂਜੀ। ਥਣਾ ਦੇ ਵਿੱਚ ਕੋਈ ਘਾਟਾ ਵਾਧਾ, ਗਿਲਟੀ ਮਰੋੜੀ, ਛੱਟਾ ਕੁਆਰਾ? ਆਪਣੀ ਜ਼ਿੰਮੇਦਾਰੀ ਹੈ, ਠੀਕ ਹੈ। ਇਹ ਹੈਗੀ ਜਨਾਬ ਐਵੇਂ ਸ਼ਾਹ ਕਾਲੀ ਹੈ, ਬਿਲਕੁਲ ਸ਼ਾਹ ਨੀਲੀ ਦੀ, ਨੀਲੀ ਪਿਓਰ ਨੀਲੀ ਦੀ, ਕੋਈ ਸ਼ੱਕ ਤਾਂ ਨਹੀਂ ਨੀਲੀ ਵਿੱਚ? ਨਹੀਂ ਨਹੀਂ, ਆ ਦੇਖ ਲਓ ਹਾਜੀ ਸਾਹਿਬ, ਤੁਹਾਡੇ ਸਾਹਮਣੇ ਕੈਮਰੇ ਦੇ, ਪੂਰੀ ਕੱਚ ਦੀ ਬਣੀ ਹੈ, ਹੱਡੀ ਇੱਕ ਹੱਡੀ ਦੀ। ਅੱਛਾ, ਹਾਂਜੀ। ਤੇ ਜਨਾਬ ਇਹਦੀ ਲਾਮ ਜਿਹੜੀ ਤੇ ਕੱਦ ਮਾਸ਼ਾਅੱਲਾ ਬਹੁਤ ਨਜ਼ਰ ਆ ਰਿਹਾ ਸਾਨੂੰ, ਇਸੇ ਤਰੀਕੇ ਹੀ ਹੈ? 12 13 ਸਿਰ ਹਾਜੀ ਸਾਹਿਬ ਹੁਣ ਦੁੱਧ ਹੈ ਜੀ ਮਾਸ਼ਾਅੱਲਾ। ਅੱਛਾ, ਆਦਰ ਮੌਕੇ ਤੇ ਕਿੰਨਾ ਦੁੱਧ ਹੈ? 12 ਸਿਰ ਹੋਊਗਾ ਜੀ, 12 ਕਿਲੋ, ਹਾਂਜੀ। ਤੇ ਬਾਕੀ ਤਾਂ ਵਧੇ ਦੀ ਇਨਸ਼ਾਅੱਲਾ। ਅਜੇ ਸੂਈ ਨੂੰ ਕਿੰਨੇ ਦਿਨ ਹੋਏ ਨੇ? ਦੂਸਰਾ ਤੀਸਰਾ ਦਿਨ, ਦੂਸਰਾ ਤੀਸਰਾ ਦਿਨ ਹੋ ਗਿਆ। ਤੇ ਮਗਰੇ ਦੇ ਕੱਟੀ ਹੈ, ਇਹ ਕੱਟੀ, ਹਾਂਜੀ, ਇਹ ਕੈਮਰਾਮੈਨ ਸਾਹਿਬ ਖਾਇਆ ਜਾਏ, ਮਗਰ ਜਨਾਬ ਕੱਟੀ ਹੈ। ਅੱਛਾ, ਹੁਣ ਜਿਹੜਾ ਦੁੱਧ ਦੱਸਦਾ ਪਿਆ, ਕੋਈ ਸਾਡਾ ਭਰਾ ਜਨਾਬ ਸਫ਼ਰ ਕਰਕੇ ਆਵੇ, ਹਾਂਜੀ, ਤੇ ਜਨਾਬ ਆਪਾਂ ਨੂੰ ਜਿਹੜੀ ਸ਼ਰਮਿੰਦਗੀ ਨਾ ਹੋਵੇ, ਪੱਕਾ ਦੁੱਧ ਹੋਊਗਾ, ਪੱਕਾ ਦੁੱਧ, 12 ਸਿਰ ਦੁੱਧ ਪੱਕਾ ਹੋਊਗਾ, ਪੱਕਾ ਦੁੱਧ, ਹਾਂਜੀ।
ਤੇ ਬਾਕੀ ਥਣਾ ਚ ਕੋਈ ਘਾਟਾ ਵਾਧਾ? ਕੋਈ ਘਾਟਾ ਵਾਧਾ ਹੈ ਉਹਦੀ ਗਰੰਟੀ ਹੈ। ਚੁਆਈ ਸਖਤ ਜਾਂ ਨਰਮ? ਨਰਮ, ਬਿਲਕੁਲ ਨਰਮ। ਬੱਚਾ ਵੈਸੇ ਮੋਟੀ ਤਾਰ, ਮੋਟੀ ਤਾਰ, ਕਿਉਂਕਿ ਇਹ ਜਿਹੜੀ ਆਪਾਂ ਗੱਲਾਂ ਕਰਨੇ ਆ ਹੁਣ ਰਿਕਾਰਡ ਹੁੰਦੀਆਂ ਨੇ। ਨਹੀਂ ਹਾਜੀ ਸਾਹਿਬ, ਆਪਾਂ ਝੂਠ ਮਾਰਨਾ ਕਿਸੇ ਨੂੰ, ਕਿਉਂਕਿ ਆਪਾਂ ਇੱਥੇ ਦੱਸ ਦਈਏ ਮੋਟੀ ਤਾਰ ਅੱਗੇ ਜਾ ਕੇ ਨਿਕਲੇ ਬਰੀਕ ਤੇ ਉਹ ਫਿਰ ਗੱਲ ਸਹੀ ਨੀ ਹੁੰਦੀ। ਆਪਾਂ ਕਿਸੇ ਨੂੰ ਧੋਖੇ ਨਾਲ ਦੇਣੀ ਹੈ ਹਾਜੀ ਸਾਹਿਬ। ਹਾਂਜੀ ਠੀਕ ਹੈ, ਤੇ ਬਾਕੀ ਦੁੱਧ ਵਧੇਗਾ ਇਨਸ਼ਾਅੱਲਾ। ਹਾਂ ਇਨਸ਼ਾਅੱਲਾ ਵਧੇਗਾ। ਅੱਛਾ, ਹੁਣ ਪਿਆਰ ਮੁਹੱਬਤ ਵਾਲੇ ਪੈਸੇ ਜਿਹੜੇ ਆਪਾਂ ਲੈ ਲੈਣੇ ਨੇ, ਪਿਆਰ ਮੁਹੱਬਤ ਵਾਲੇ ਮੁੱਲ? ਹਾਂਜੀ ਪਿਆਰ ਮੁਹੱਬਤ ਵਾਲੇ ਪੈਸੇ ਤਾਂ ਮੈਂ ਬਹੁਤ ਮੰਗਦਾ ਇਸ ਸਮਾਜ ਦੇ, 3,80,000 ਨਹੀਂ ਦਿਆਂਗੇ ਹਾਜੀ ਸਾਹਿਬ। ਇਹ ਫਾਈਨਲ ਪੈਸੇ ਨੇ? ਹਾਂਜੀ। ਤੇ ਇਹਦੇ 'ਚ ਕੋਈ ਜਨਾਬ ਸਾਡਾ ਵੀਰ ਭਰਾ ਲਵੇ ਸ਼ੌਕ ਨਾਲ, ਹਾਂਜੀ, ਤੇ ਇਹਦੇ 'ਚ ਪਿਆਰ ਮੁਹੱਬਤ ਹੋ ਜਾਏਗਾ? ਹੋ ਜਾਏਗਾ ਹਾਜੀ ਸਾਹਿਬ। ਬਾਕੀ ਜਨਾਬ ਦੁੱਧ ਦੀ ਗਰੰਟੀ, ਥਣਾ ਦੀ ਗਰੰਟੀ ਇਨਸ਼ਾਅੱਲਾ, ਤੇ ਮਗਰ ਇਹਦੇ ਜਨਾਬ ਕੱਟੀ ਹੈ। ਉਮੀਦ ਕਰਾਂਗਾ ਅੱਜ ਵਾਲੀ ਵੀਡੀਓ ਮੇਰੇ ਵੀਰਾਂ ਨੂੰ ਪਸੰਦ ਆਵੇਗੀ। ਪਸੰਦ ਆਵੇ ਤੇ ਚੈਨਲ ਨੂੰ ਜਨਾਬ ਸ਼ੇਅਰ ਕਰਨਾ, ਲਾਈਕ ਕਰਨਾ, ਤੇ ਬਾਕੀ ਜਨਾਬ ਸੋਹਣੇ ਸੋਹਣੇ ਜਨਾਬ ਮਾਸ਼ਾਅੱਲਾ ਦੇ ਕਮੈਂਟ ਲਾਉਣੇ ਨੇ। ਆਪਣਾ ਨੰਬਰ ਹੁੰਦਾ 0348-067-8468, ਇਹੀ ਆਪਣਾ ਵਟਸਐਪ ਨੰਬਰ ਹੈ, ਇਹੀ ਜਨਾਬ ਆਪਣਾ ਈਮੋ ਨੰਬਰ ਹੈ। ਅੱਛਾ, ਥੋੜ੍ਹੀ ਬਹੁਤ ਮੇਰਾ ਭਲ ਭਾਈ ਖੜੀ ਹੈ, ਤਾਜ਼ੀ ਸੂਈ ਹੁੰਦੀ, ਮਾੜੀ ਮੋਟੀ ਭਲ ਕਰ ਲੈ। ਹਾਂ ਭਲ ਭਾਈ ਖੜੀ, ਥੋੜ੍ਹੀ ਕੋਈ ਮਸਲਾ ਨਹੀਂ। ਮਿਲਾਂਗੇ ਜਨਾਬ ਇੱਕ ਅੱਛੀ ਤੇ ਬਿਹਤਰੀਨ ਅਗਲੀ ਵੀਡੀਓ ਦੇ ਨਾਲ। ਅੱਲਾ ਨਿਗਹਿਬਾਨ, ਪਾਕਿਸਤਾਨ ਜ਼ਿੰਦਾਬਾਦ।